ਇਹ ਜ਼ਿੰਦਗੀ ਇੱਕ ਸੁਪਨੇ ਵਰਗੀ ਹੈ ਤੇ ਸੁਪਨਿਆਂ ਦੀ ਇੱਕ ਸੱਚੀ ਗੱਲ ਪਤਾ ਕੀ ਹੈ ਇਹ ਪੂਰੇ ਹੋਏ ਨਾਲ ਤੇ ਉੱਥੋਂ ਹੀ ਫਿਰ ਉੱਗ ਪੈਂਦੇ ਨੇ ਕਿਸੇ ਨਵੇਂ ਸਫ਼ਰ ਜਿਨ੍ਹਾਂ ਦੀ ਕੋਈ ਮੰਜ਼ਿਲ ਅਸਲ 'ਚ ਸਫ਼ਰ ਹੀ ਆਪਣੇ ਆਪ 'ਚ ਮੰਜ਼ਿਲ ਹੈ ਤੇ ਸਫ਼ਰ ਵਿੱਚ ਮਿਲਣ ਵਾਲੇ ਸਾਰੇ ਕਿਰਦਾਰ ਲਈ ਉਹ ਇੱਕੋ ਐਨਰਜੀ ਕਰ ਹਰ ਇੱਕ ਗੱਲ ਜਿਹੜੀ ਤੁਹਾਡੀ ਜ਼ਿੰਦਗੀ 'ਚ ਤੁਹਾਡੇ ਨਾਲ ਵਾਪਰਦੀ ਹੈ ਉਹ ਤੁਹਾਡੀ ਤਿਆਰੀ ਲਈ ਇੱਕ ਓਂਕਾਰ ਇਹ ਸਭ ਤੋਂ ਮਹੱਤਵਪੂਰਨ ਸਿਰਫ ਇੱਕ ਦੇ ਵਿੱਚ ਜਿੰਨੇ ਵੀ ਜ਼ਿੰਦਗੀ ਦੇ ਐਕਸਪੀਰੀਅੰਸ ਨੇ ਤੁਹਾਨੂੰ ਤਰਾਸ਼ ਦੇ ਅਤੇ ਸਾਰਿਆਂ ਤੋਂ ਵੱਧ ਸੱਟਾਂ ਸਹਿਣ ਵਾਲੇ ਆਪਣੇ ਆਪ ਹੀ ਆਉਂਦਾ ਹੈ ਇਹ ਸਾਰੀ ਖੇਡ ਇੱਦਾਂ ਹੈ ਜਿਵੇਂ ਕੋਈ ਪਹਿਲਾਂ ਤੋਂ ਲੱਭੀ ਹੋਈ ਚੀਜ਼ ਗਵਾਚ ਕੇ ਦੁਬਾਰਾ ਲੱਭ ਜਾ ਪਰ ਦੁਬਾਰਾ ਲੱਭੀ ਚੀਜ਼ ਦਾ ਮੁੱਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਜਾਂਦਾ ਜਿਵੇਂ ਮੱਛੀ ਪਾਣੀ 'ਚ ਰਹਿ ਕੇ ਪਾਣੀ ਦੀ ਕਦਰ ਨਾ ਕਰੇ ਜਿੰਨਾ ਲੱਭਿਆ ਜਾਣਾ ਜ਼ਰੂਰੀ ਹੈ ਉਨਾ ਹੀ ਗਵਾਚਣਾ ਵੀ ਜ਼ਰੂਰੀ ਸਭ ਨੂੰ ਆਪੋ ਆਪਣੇ ਕਿਰਦਾਰ ਮਿਲੇ ਫਿਰ ਜਦੋਂ ਸਾਰਾ ਕੁਛ ਹੈ ਹੀ ਡਰਾਮਾ ਫਿਰ ਡਰਾਮਾ ਤਾਂ ਸਿਰੇ ਵਾਲਾ ਹੀ ਹੋਣਾ ਚਾਹੀਦਾ ਤੇ ਡਰਾਮੇ ਵਿੱਚ ਕਿਹਦਾ ਨਾਮ ਕੌਣ ਬਦਲਾ ਕਿਹੜਾ ਉੱਚਾ ਕਿਹੜਾ ਨੀਵਾ ਕੀ ਰੱਬ ਕੀ ਸ਼ਹਿਰ ਇਹ ਸਾਰੇ ਨਦੀਆਂ ਨਾਲੇ ਝਾਲੇ ਉਸੇ ਇੱਕ ਚੋਂ ਨਿਕਲ ਕੇ ਉਸੇ ਵਿੱਚ ਹੀ ਜਾ ਰਹੇ ਮਹਾਰਾਜ ਨੇ ਸਾਨੂੰ ਸੁਰਤ ਬਖਸ਼ੀ ਤੇ ਮੇਰੀ ਇਹੀ ਅਰਦਾਸ ਹੈ ਤੁਹਾਡੇ ਸਾਰਿਆਂ ਲਈ ਕਿ ਉਹ ਸੁਰਤ ਹਮੇਸ਼ਾ ਚੱਲਦੀ ਰਹੇ ਇੱਥੇ ਪਿਆਰ ਕਿਸੇ ਨੇ ਉਹ ਤੋਂ ਇਲਾਵਾ ਕੱਖ ਨਹੀਂ ਜਿੰਨੀ ਹਾਰ ਜਿੱਤ ਦੀ ਗੱਲ ਹੈ ਹਰ ਇੱਕ ਉਸੇ ਇੱਕ ਦੀ ਗੱਲ ਹੈ ਜੋ ਵੀ ਮੈਂ ਤੇ ਤੂੰ ਦਾ ਰੌਲਾ ਹੈ ਸਾਰਾ ਹੀ ਐਵੇਂ ਤੂੰ ਦਾ ਰੌਲਾ ਉਹਦੀ ਉਸੇ ਵਿੱਚ ਦੀ ਗੱਲ ਹੈ ਹਰ ਇੱਕ ਉਸੇ ਇੱਕ ਦੀ ਗੱਲ ਹੈ ਇੱਕ Ladies and gentlemen, welcome to the Illuminati Tour. Tonight, you become part of history. Remember, firsts are always special, and what you witness here will never be repeated. I will be your host this evening, and I assure you what you're about to experience will be one of the most memorable moments of your life. But first, let's make a pact to take care of ourselves and those around us. Tonight, you are the special chosen ones. Close your eyes, express your gratitude. So sit back, but don't relax. The energy is about to rise. The excitement is about to peak. Get ready to witness the biggest Punjabi artist on the planet of all time. The moment has arrived. Thank you.
ਸ੍ਰੀਕਾਲ ਜੀ ਹਲੋ ਸਾਲਿਓ ਕੀ ਹਾਲ ਚਾਲ ਠੀਕ ਹੋ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਆਪਣਾ ਟਾਈਮ ਕੱਢਿਆ ਇਹਦਾ ਸਵਾਗਤ ਜੀ ਆਇਆਂ ਨੂੰ ਜਿਹੜੇ ਉੱਥੋਂ ਤੱਕ ਬੈਠੇ ਨੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਵਾਗਤ ਮਹਾਰਾਜ ਤੁਹਾਨੂੰ ਚੜ੍ਹਦੀ ਗੱਲ ਦੇਖਣ ਤੁਸੀਂ ਜਿੱਥੋਂ ਵੀ ਆਇਆ ਦੂਰੋਂ ਨੇੜੋਂ ਚੱਲ ਕੇ ਆਪਾਂ ਬਹੁਤ ਸਾਰੀਆਂ ਕਾਲਸ ਅਤੇ ਈਮੇਲਸ ਇਹ ਆਉਂਦੀਆਂ ਕਿ ਅਸੀਂ ਟਰੈਵਲ ਕਰਦੇ ਪਏ ਟੂਰ ਦੇ ਨਾਲ ਅਸੀਂ ਜਿਹੜੇ ਵੀ ਟਰੈਵਲ ਵੀ ਕਰਦੇ ਪਏ ਹਾਂ ਨਾਲ ਦੀ ਨਾਲ ਇੰਜੋਏ ਕਰ ਰਹੇ ਹਾਂ ਉਹਨਾਂ ਦਾ ਵੀ ਥੈਂਕ ਯੂ ਜਿਹੜੇ ਪਹਿਲੀ ਵਾਰੀ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਅੱਜ ਦੀ ਰਾਤ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਬੈਸਟ ਨਾਈਟ ਹੋਵੇ ਸਾਡੇ ਵੱਲੋਂ ਸਾਰਿਆਂ ਵੱਲੋਂ ਕੋਸ਼ਿਸ਼ ਰਹੇਗੀ ਜੇ ਗਾਣਾ ਸੁਣਨਾ ਹੋਇਆ ਦੱਸ ਦਿਓ ਤੁਹਾਡਾ ਆਪਣਾ ਹੀ ਪ੍ਰੋਗਰਾਮ ਛੱਡੀ ਆ ਰਹੀ ਆਪ ਬੈਠੀ
Thank you.
got the big lash by the G the sun, yeah?
sound great? Wird das auch piegen? ਮੇਰੀ ਤਾਂ ਕੋਸ਼ਿਸ਼ ਹੈ ਅਗਲੀ ਵਾਰ ਵੀ ਜਿਹੜੀ ਸਟੇਜ ਹੈ ਉੱਥੇ ਸੈਂਟਰ 'ਚ ਲਾਵਾਂਗੇ ਅਤੇ ਆਲੇ ਦੁਆਲੇ ਆਪਾਂ ਭੰਗੜਾ ਪਾਵਾਂਗੇ ਸਾਰਾ ਕੁਰਸੀਆਂ ਦੇ ਹੱਥ 'ਚ ਤਾਂ ਹੈ ਨਹੀਂ ਕਿਉਂਕਿ ਬਹਿੰਦਾ ਤਾਂ ਕੋਈ ਹੈ ਨਹੀਂ ਗਾ ਪਰ ਜ਼ਰੂਰੀ ਹੈ ਕੁਰਸੀਆਂ ਕਿਉਂਕਿ ਆਪਣੀ ਆਪਣੀ ਜਗ੍ਹਾ ਪਤਾ ਲੱਗ ਜਾਂਦੀ ਕਰ ਰਿਹਾ ਅਤੇ ਪਰ ਆਪਾਂ ਹੌਲੀ ਹੌਲੀ ਗੱਲ ਹੋ ਰਹੇ ਸਾਰੇ ਮੈਂ ਟਰਾਈ ਕਰੂੰਗਾ ਅਗਲੀ ਵਾਰ ਨੂੰ ਸੈਂਟਰ 'ਚ ਸਟੇਜ ਹੋਵੇ ਅਤੇ ਆਸੇ ਆਸੇ ਪਾਸੇ ਆਪਾਂ ਸਾਰੇ ਬਣ ਸਕੀਏ ਕਿਉਂਕਿ
Thank you.
Thank you.
ਕੋਈ ਜਾਟਰ ਦੀ ਫ੍ਰੀ ਜਾਂ ਫਸ ਤਕਰੀਬਨ ਸਪੈਟ ਪੰਜਾਬ ਫਸ ਫਤਿਹ ਸਿੰਘ ਪੱਕੇ ਕੈਨੇਡਾ ਵਾਲੇ ਅਮਰੀਕਾ ਸੋਰੀ ਫਤਿਹ ਸਿੰਘ ਅਮਰੀਕਾ ਵਾਲੇ ਜਿਨ੍ਹਾਂ ਨੇ ਫਿਲਮ ਪਹਿਲੀ ਅਤੇ ਦੂਜੀ ਦੇਖੀ ਹੈ ਫਸਟ ਐਂਡ ਸੈਕਿੰਡ ਜਾਟਨ ਜੂਨੀਅਰ ਉਹ ਇੰਜੋਏ ਕਰੋ ਜਾਟਨ ਜੂਨੀਅਰ ਫ੍ਰੀ ਇੰਜੋਏ ਕਰੋ ਫੈਮਿਲੀ ਦੇ ਨਾਲ ਫੈਮਿਲੀ ਫਿਲਮ ਜਾਟਨ ਜੂਨੀਅਰ ਫ੍ਰੀ ਯਾ ਸਿਰਾ ਕਰਾਤਾ ਬਹੁਤ ਘੈਂਟ ਐਨਰਜੀ ਸੀ ਤੁਹਾਡੀ ਸਿਰਾ ਕਰਾਤਾ ਸਿਰਾ ਸਵਾਲ ਆ ਗਿਆ ਸਾਨੂੰ ਆਈ ਲਵ ਯੂ ਬ੍ਰਦਰ ਆਈ ਲਵ ਯੂ ਟੂ ਥ੍ਰੀ ਫੋਰ ਬ੍ਰਦਰ ਆਈ ਬੱਲੇ ਕਰ ਸ਼ੁਕਰੀਆ ਇਹਨਾਂ ਲਈ ਜ਼ੋਰਦਾਰ ਤਾੜੀਆਂ ਤੁਹਾਡੇ ਡੈਲਸ ਦੇ ਰਹੇ ਹੈ ਬੱਚੇ ਕੁੜੀਆਂ ਨੇ ਡਾਕਟਰ
ਭਾਜੀ ਲੈ ਜਾਓ, ਵੈਸੇ ਵੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਤੇਜ਼ ਸਟੇਜ ਦੇ ਉੱਪਰ, ਬਹੁਤ ਜ਼ਿਆਦਾ ਤੇਜ਼ ਸਾਊਂਡ ਹੈ, ਛੋਟੇ ਬੱਚਿਆਂ ਨੂੰ ਧਿਆਨ ਰੱਖੋ ਪਲੀਜ਼। ਆਹ ਤਾਂ ਡਰੈਸ ਮੇਰੇ ਵਾਲੀ ਪਾ ਗਿਆ, ਇਹਦੇ ਲਈ ਵੀ ਜ਼ੋਰਦਾਰ ਤਾੜੀਆਂ ਭਾਈ। ਸਾਡੇ ਦੇਸ਼ ਦਾ ਝੰਡਾ ਲੈ ਕੇ ਬਾਈ ਜੀ ਆਇਆਂ ਨੂੰ ਤੁਹਾਨੂੰ ਮਿਲ ਗਿਆ, ਸਾਰੇ ਇੱਕ ਨਜ਼ਰੀ ਮੈਂ ਤਾਂ ਮਨ ਲਾਭ ਦਾ ਜਿਹੜਾ ਸੰਦੇਸ਼ ਦਿੰਦਾ ਉਹ ਚੇਲਾ ਦੇ ਵਿੱਚ ਵੀ ਇਹੀ ਮੈਂ ਸੰਦੇਸ਼ ਦਿੱਤਾ ਸੀ ਵੀ ਆਹ ਮੇਰੇ ਦੇਸ਼ ਦਾ ਝੰਡਾ, ਆਹ ਫਲਾਣੇ ਦੇਸ਼ ਦਾ ਝੰਡਾ, ਆਹ ਕੋਈ ਹੋਰ ਝੰਡਾ, ਉੱਥੇ ਕਿੰਨੇ ਬੰਦੇ ਆਉਂਦੇ, ਇਸ ਕਰਕੇ ਮੈਂ ਸਾਰਿਆਂ ਦਾ ਸਤਿਕਾਰ ਕੀਤਾ। ਤੁਹਾਡਾ ਜੀ ਆਇਆਂ ਨੂੰ ਬਾਈ ਜੀ, ਜੀ ਆਇਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ। ਇਹ ਮੈਂ ਬਹੁਤ ਵਾਰੀ ਕਲੀਅਰ ਕਰਤੀ ਗੱਲ, ਹੁਣ ਮੈਨੂੰ ਮੈਂ ਵਾਰ ਵਾਰ ਲੱਗ ਰਿਹਾ, ਬਸ ਹੋ ਗਿਆ ਜੀ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਜੀ ਆਇਆਂ ਨੂੰ, ਸਾਰੇ ਜਿਹੜੇ ਜਿੱਥੋਂ ਵੀ ਆਏ ਨੇ ਨਿੱਘਾ ਸਵਾਗਤ ਜੀ ਆਇਆਂ ਨੂੰ, ਸਾਰਿਆਂ ਨੂੰ ਬਹੁਤ ਪਿਆਰ। ਮੈਂ ਵੀ ਚੱਕਦੇ